एक दिन ऐसा होना कि प्रधानमंत्री भी साडा होना ते मुख्यमंत्री भी साडा होएगा ते सीएम दा चेहरा भी साडा ही होएगा। बहुत जबरदस्त साड़ी टक्कर है जी आपकी, शायद 117 दी 17 सीटें ही, एक सीट छड़ांगे चंदन गरेवाल भाजी साडे मेन समाज दे साडे मुख्य अध्यापक उन्हां दी सीट तो असीं कोई बंदा नहीं खड़ा कंस विच खड़ा करांगे, बाकी सारी सीटां ते बंदे खड़े हो साडे। ये सिद्धू मूसे वाले कलाकार दी जे गाणियां वाले बंदे साडे इलेक्शन जाके आणगे ते सोचणगे वोटां पैणगे, नहीं वोटां नहीं पैणगियां क्योंकि लोकी तां कलाकार मनदे आ। पर मैं तां शुरू तों प्रोफेशनल, मैं तां लोकां दा भला चाहुंदा सीगा जी। सति श्री अकाल, तुसीं देख रहे हो पंजाबी बुलेटिन। मेरे नाल इस वेले मौजूद ने जलंधर शहर तों नीटू शटरा वाला, जो कि 2019 दे विच इलेक्शन हार के काफ़ी मशहूर होए सी। असीं इहनां नाल गलबात करदे हां। हाँ जी नीटू जी, इस बार फिर तो इलेक्शन लड़न दी तैयारी है? हाँ जी जी, ऐतकी फिर इलेक्शन लड़न तैयारी है कि ताकि साडी जिहड़ी पार्टी गरीब बंदे दी पार्टी हैगी है, जिहड़ी समाज दी पार्टी असीं उहनूं अग्गे लै के आ रहे हां। साडी पार्टी दा नाम बेगमपुरा सांझा फ्रंट पार्टी है, कर लो सारे एक, बेगमपुरा बसाणा है। तो गुरु रविदास समाज की है, भगवान वाल्मीक समाज की पार्टी है, इत्थे आपां हुंगारा दे रहे सारे ही पूरे वर्ल्ड ते पार्टी नाम चल चुके हैं। फिर एक दिन ऐसा होना कि प्रधानमंत्री भी साडा होना ते मुख्यमंत्री भी साडा होएगा ते सीएम दा चेहरा भी साडा ही होएगा जी। ते इस तो पहले आपां रब दा नाम लईए जी। वाहेगुरु जी का खालसा, वाहेगुरु जी की फतेह, जय पर जय भीम, जय भगवान वाल्मीक, जय गुरु रविदास, हालेलुया, गौस पा खुशियां दवे, जय बाबा सोडल, जय मां चिंतपुर्णी, जय मां चिंतपुर्णी। ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ, ਨੀਟ ਸ਼ਟਰਾਂ ਵਾਲਾ ਤੁਹਾਡਾ ਨਾਮ ਹੈ, ਨੀਟੂ ਸ਼ਟਰਾਂ ਵਾਲਾ ਅਤੇ ਨਾਂ ਤੋਂ ਫੇਮਸ ਹੋ, ਸ਼ਟਰਾਂ ਦਾ ਕੰਮ ਕਰ ਰਹੇ ਹੋ ਫਿਲਹਾਲ? ਦੇਖੋ ਜੀ, ਸ਼ਟਰਾਂ ਦਾ ਤਾਂ ਕੰਮ ਕਰ ਰਹੇ ਹਾਂ, ਪਰ ਅੱਜ ਕੱਲ੍ਹ ਸਰਕਾਰਾਂ ਨੇ ਹੀ ਕੰਮ ਖੋਲ੍ਹੇ ਸਾਰੇ, ਕਿਉਂਕਿ ਕੋਈ ਵੀ ਕੰਮ ਦੇਖ ਲਓ ਹਰ ਇੱਕ ਬੰਦਾ ਰੋ ਰਿਹਾ, ਬੜਾ ਪਰੇਸ਼ਾਨੀ ਆ। ਕਾਰਪੈਂਟਰ, ਮਜ਼ਦੂਰ, ਮਿਸਤਰੀ, ਪਲੰਬਰ ਸਾਰੇ ਹੀ ਰੋ ਰਿਹਾ, ਔਰ ਪਰਚਿਆਂ ਦੇ ਪਰਚੇ ਪੈ ਰਹੇ ਗਰੀਬਾਂ ਦੇ, ਜਿਹੜੇ ਕਿ ਹਾਲਾਤ ਆ ਗਰੀਬ ਦੱਸਣ ਅਤੇ ਦੱਸਣ ਕੀ ਕਹਿੰਦੇ ਨਾ, ਉਮਰਾਂ ਦੇ ਰੋਣੇ, ਅੰਦਰੋਂ ਰੋਈਏ ਤਾਂ ਉੱਪਰੋਂ ਹੱਸੀਏ, ਸਾਨੂੰ ਉੱਪਰੋਂ ਚਿਹਰੇ ਸਾਡੇ ਨਜ਼ਰ ਆਉਂਦੇ ਆ, ਪਰ ਜਿਹੜੇ ਅੰਦਰਲੇ ਦਰਦ ਹੈ ਨਾ ਸਾਡੀ ਸਰਕਾਰ ਸੁਣਦੀ ਹੈ ਅਤੇ ਨਾ ਕੋਈ ਮੰਤਰੀ। ਤੁਸੀਂ ਇਲੈਕਸ਼ਨ ਵੀ ਲੜ ਚੁੱਕੇ ਹੋ, ਫਿਲਮਾਂ ਦੇ ਵਿੱਚ ਵੀ ਆਏ ਹੋ, ਗਾਣੇ ਵੀ ਤੁਹਾਡੇ ਕਾਫੀ ਆ ਰਹੇ ਨੇ, ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਲੜਨ ਜਾ ਰਹੇ? ਦੇਖੋ ਜੀ, ਮੇਰੀ ਵਾਈਫ ਹੈ ਅਤੇ ਮੈਂ, ਸ਼ਾਇਦ ਸਾਡੇ ਸਿਸਟਰ ਵੀ ਲੜੇ, ਔਰ ਕਾਫੀ ਸੀਟਾਂ ਸਾਡੀਆਂ 40-50 ਸੀਟਾਂ ਵਾ ਜਿਹੜੀ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਦੀਆਂ ਬੰਦੇ ਲੜ ਰਹੇ ਆ। ਅਤੇ ਬਹੁਤ ਜ਼ਬਰਦਸਤ ਸਾਡੀ ਟੱਕਰ ਹੈ ਜੀ, ਐਤਕੀ ਸ਼ਾਇਦ 117 ਦੀ 17 ਸੀਟਾਂ ਹੀ, ਇੱਕ ਸੀਟ ਛੱਡਾਂਗੇ ਚੰਦਨ ਗਰੇਵਾਲ ਭਾਜੀ ਸਾਡੇ ਜਿਹੜੇ ਮੇਨ ਸਮਾਜ ਦੇ ਆ ਸਾਡੇ ਮੁੱਖ ਅਧਿਆਪਕ, ਉਹਨਾਂ ਦੀ ਸੀਟ ਤੋਂ ਅਸੀਂ ਕੋਈ ਬੰਦਾ ਨਹੀਂ ਖੜ੍ਹਾ, ਕੰਸੀ ਵਿੱਚ ਖੜ੍ਹਾ ਕਰਾਂਗੇ, ਬਾਕੀ ਸਾਰੀ ਸੀਟਾਂ 'ਤੇ ਬੰਦੇ ਖੜ੍ਹੇ ਹੋਊ ਸਾਡੇ। ਤੁਸੀਂ ਕਿਸ ਏਰੀਆ ਤੋਂ ਖੜ੍ਹੇ ਹੋਣ ਜਾ ਰਹੇ ਹੋ, ਕਿਸ ਹਲਕੇ ਤੋਂ? ਦੇਖੋ ਸਾਹੀ ਤਾਂ ਨੌਰਥ, ਆਪਣਾ ਨੌਰਥ ਏਰੀਆ ਛੱਡਤਾ ਆਪਾਂ ਜੀ, ਹੁਣ ਆਪਣਾ ਨਹੀਂ ਪੱਕਾ ਨਹੀਂ ਕੋਈ ਕਨਫਰਮ ਹੈ ਕਿ ਸਾਡੀ ਪਾਰਟੀ ਵਿੱਚ ਜੋ ਪਾਰਟੀ ਸਿੰਬਲ ਦੇਗੀ ਅਸੀਂ ਉਹਦੇ ਵਿਆਪ ਚੱਲ ਰਹੇ ਹਾਂ, ਪਰ ਅਸੀਂ ਆਪਣੇ ਇਲਾਕੇ ਤੋਂ ਨਹੀਂ, ਅਸੀਂ ਵੈਸਟ ਤੋਂ ਆਪਣਾ ਲੜਾਂਗੇ ਜੀ, ਬਸਤੀਆਂ ਤੋਂ, ਅਤੇ 38 ਨੰਬਰ ਤੋਂ ਲੜਾਂਗੇ ਜੀ। ਤੁਸੀਂ ਕਿੱਥੋਂ ਚੋਣ ਲੜਨ ਜਾ ਰਹੇ ਹੋ? ਮੈਂ ਜੀ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਜੀ, ਦੋ ਜਗ੍ਹਾ ਤੋਂ ਲੜ ਰਹੇ ਹਾਂ। ਇਹ ਲੜਾਈ ਜਿਹੜੀ ਗਰੀਬਾਂ ਦੇ ਹੱਕ ਦੇ ਵਿੱਚ ਆ, ਕਿਉਂਕਿ ਮਾਵਾਂ ਦੇ ਪੁੱਤ ਜੇਲ੍ਹ 'ਚ ਪਹੁੰਚਾ ਦੇਣੇ, ਪਰਚੇ ਕਰਵਾ ਕੇ ਝੂਠੇ ਪਰਚਿਆਂ ਦੇ ਸਿਰ 'ਤੇ ਬੁਨਿਆਦ ਪਾਣੀ ਕੜੀ ਕਰ ਜਾਂਦੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਰੱਬ ਤਾਂ ਨਹੀਂ ਦੇਖਦਾ ਪਿਆ, ਇੱਕ ਦਿਨੇ ਤੁਹਾਡੀ ਰਿਕਾਰਡਿੰਗ ਇੱਕ ਸੂਰਜ ਦੇਵਤਾ ਕਰ ਰਿਹਾ, ਰਾਤ ਨੂੰ ਚੰਦਰਮਾ ਜੀ ਕਰ ਰਹੇ ਨੇ, ਔਰ ਇਕੱਲੀ ਇਕੱਲੀ ਕਰਤੂਤ ਤੁਹਾਡੀ ਨੋਟ ਕਰ ਰਹੇ, ਤੁਸੀਂ ਜਿੰਨਾ ਕੁ ਬੁਰਾ ਕਰਨਾ ਕਰੋ ਦੱਬ ਕੇ। ਮੇਰੇ ਨਾਲ ਬਹੁਤ ਲੋਕ ਬੁਰਾ ਕਰਦੇ ਅਤੇ ਭਗਵਾਨ ਉਹਨਾਂ ਨੂੰ, ਰੱਬ ਉਹਨਾਂ ਨੂੰ ਅਹਿਸਾਸ ਕਰਾਉਂਦਾ ਵਾ, ਅਤੇ ਮੈਂ ਜੇ ਕੋਈ ਗਲਤ ਬੋਲ ਜਾਂਦਾ ਮੈਂ ਕੋਈ ਜਾਣ ਕੇ ਨਹੀਂ ਕਰਦਾ, ਜੋ ਸੱਚਾਈ ਹੈ ਸੱਚਾਈ ਹੈ ਜੀ। ਬਾਕੀ ਅਸੀਂ, ਸਾਡੀ ਜਿਹੜੀ ਪਾਰਟੀ ਹੈ ਇਹ ਗਰੀਬਾਂ ਦੀ ਹੈ, ਹੁਣ ਗਰੀਬ ਸਾਰੇ ਸਾਡੇ ਹੱਕ 'ਚ, ਅਜੇ ਕੋਈ ਗੱਲ ਹੀ ਨਹੀਂ ਇੱਦਾਂ ਦੀ। ਇਹ ਨਹੀਂ ਹੈਗਾ ਕਿ ਨਵਜੋਤ ਸਿੰਘ ਸਿੱਧੂ ਵਾਂਗੂ ਜਿਵੇਂ ਦੀ ਧੌਣ 'ਤੇ ਸਰੀਆ ਲੋਕਾਂ ਦੀ ਧੌਣ 'ਚ ਪੈਂਦਾ, ਉਹਦੀਆਂ ਬਾਹਾਂ 'ਤੇ ਪਿਆ, ਐਂ ਬਾਹਾਂ ਕਰਕੇ ਤੁਰਦਾ ਹੈ। ਹਾਂ, ਹੁਣ ਜੇ ਕਹੀਏ ਸਿੱਧੂ ਮੂਸੇ ਵਾਲੇ ਦੀ ਕਲਾਕਾਰ ਦੀ, ਜੇ ਗਾਣਿਆਂ ਵਾਲੇ ਬੰਦੇ ਸਾਡੇ ਇਲੈਕਸ਼ਨ 'ਚ ਆ ਕੇ ਆਉਣਗੇ ਅਤੇ ਸੋਚਣਗੇ ਵੋਟਾਂ ਪੈ ਜਾਣਗੀਆਂ, ਨਹੀਂ ਵੋਟਾਂ ਨਹੀਂ ਪੈਣਗੀਆਂ ਕਿਉਂਕਿ ਲੋਕੀ ਤੁਹਾਨੂੰ ਕਲਾਕਾਰ ਮੰਨਦੇ ਆ। ਔਰ ਮੈਂ ਤਾਂ ਸ਼ੁਰੂ ਤੋਂ ਪ੍ਰੋਫੈਸ਼ਨਲ, ਮੈਂ ਤਾਂ ਲੋਕਾਂ ਦਾ ਭਲਾ ਚਾਹੁੰਦਾ ਸੀਗਾ ਜੀ, ਲੋਕ ਮੈਨੂੰ ਕਈ ਕਹਿੰਦੇ ਤੂੰ ਪਾਗਲ ਆ, ਮੈਂ ਕਿਹਾ ਨਹੀਂ ਜੀ, ਮੈਂ ਸੇਵਾਦਾਰ ਹਾਂ, ਮੈਂ ਦੇਸ਼ ਦਾ ਸੇਵਾਦਾਰ, ਸੇਵਾ ਲੋਕਾਂ ਦੀ ਕਰਦਾ ਜੀ, ਅਤੇ ਮੈਂ ਸੇਵਾ ਵਿੱਚ ਭਾਵੇਗਾ ਜੀ, ਅਤੇ ਗਰੀਬ ਬੰਦਿਆਂ ਨੂੰ ਮੈਂ ਗਰੀਬ ਦਾ ਗਰੀਬ ਹੀ ਦੁੱਖ ਸਮਝ ਸਕਦਾ, ਜੇ ਅਸੀਂ ਕਹੀਏ ਕਿ ਕੋਈ ਅਮੀਰ ਬੰਦਾ ਤਾਂ ਬਹੁਤ ਮੁਸ਼ਕਲ ਹੈ ਜੀ। ਤੁਹਾਨੂੰ ਲੋਕਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਮਿਲ ਰਿਹਾ? ਦਿਲੋਂ ਸਮਰਥਨ ਕਰ ਰਿਹਾ ਜੀ, ਐਤਕੀ ਤਾਂ ਹੁਣ ਪੂਰਾ ਇੱਕਦਮ ਪੂਰੀ ਲਹਿਰ ਆ ਜੀ, ਜਿਹੜੀ ਵੀ ਮਰਜ਼ੀ ਲਹਿਰ ਲੈ ਲਓ, ਜਿਹੜੀ ਮਰਜ਼ੀ ਲਹਿਰ ਲੈ ਲਓ, ਪੂਰੀ ਲਹਿਰ ਹੈ। ਅਤੇ ਜੇ ਆਪਾਂ ਗੱਲ ਕਰੀਏ ਕਿਸੇ, ਮੈਂ ਸਭ ਤੋਂ ਵਧੀਆ ਬੰਦਾ ਮੰਨਦਾ ਸੀ ਕੇਜਰੀਵਾਲ ਨੂੰ, ਜਿਹਨੇ ਕਿ 1000-1000 ਰੁਪਏ ਸਾਡੇ ਟੱਬਰ ਦਾ ਮੁੱਲ ਪਾਇਆ, ਅਤੇ ਉਸ ਬੰਦੇ ਨੂੰ ਬੰਦਾ ਪੁੱਛਣ ਵਾਲੇ ਵੀ ਸਾਰੀਆਂ ਵੋਟਾਂ ਤੈਨੂੰ 1000 ਰੁਪਏ ਚਾਹੀ ਦੇ ਦੀਆਂ, ਅਤੇ ਸਾਡੇ ਮੁੱਲ ਤੂੰ ਪਾ ਗਿਆ, ਅਤੇ ਸੀਟਾਂ ਤੂੰ ਆਪ ਪਤਾ ਨਹੀਂ ਕਿੰਨੇ ਕਿੰਨੇ ਦੇ ਗਿਆ, ਅਤੇ ਆਪਾਂ ਉਹ ਵੀ ਗੱਲ ਨਹੀਂ ਕਰਦੇ। ਜਿਵੇਂ ਭਗਵੰਤ ਮਾਨ ਕਹਿੰਦਾ ਜੀ ਮੈਨੂੰ ਸੀਐਮ ਦਾ ਚਿਹਰਾ, ਹਰ ਕੋਈ ਸੀਐਮ ਦੇ ਚਿਹਰੇ ਰੋਂਦਾ, ਕੋਈ ਪੰਜਾਬ ਦੇ ਦੁੱਖ ਦਰਦ ਨਹੀਂ ਸਮਝਦਾ। ਮੈਂ ਗੱਲ ਇਹ ਕਹੂੰਗਾ, ਇੱਥੇ ਆਪਣਾ
अपना इन्हों के इलाके ये जो सरदार अपना छोटा बच्चा सी बोर में डिग गया फतेह सिंह वीर उदों इन्होंने कहा पार्क बनावांगे जे करांगे अज कित्थे गए वादे वो भी लहर में आके पता नहीं किहड़ी लहर च बोल जांदा वा ते जे वो लोगों को कमेंट करदा असीं उहनूं कर रहे हैं भी तू कि भगवंत मान नूं कि तू कि लहर च आके बोल जांदा तैनूं पता नहीं लगता की कहना तो की नहीं तू ही वक्री दुनिया चो आया नामजदगी भर चुके सारा कुछ तैयार है जी बस फाइलां जमा ही करवानी है तो कोशिश पूरी है जी आप पूरे डट के मुकाबला करांगे ऐतकी पूरे इंडिया अपनी पार्टी का नाम रोशन करांगे जी तो बाकी जे होर भी कोई बंदा आना चाहता तो सानू आके मेरे कमेंट जाके दसे जी नीटू शटर ऑफिशियल चैनल पर आके मैं कमेंट मारे और कमेंट में दसे कोई जो खड़ा होना चाहता अपन खड़ा करांगे जी पूरे पीरियड में ਤੁਸੀਂ ਕਾਫੀ ਮਸ਼ਹੂਰ ਹੋਏ ਸੀ ਜਦੋਂ ਤੁਸੀਂ 2019 ਦੇ ਵਿੱਚ ਇਲੈਕਸ਼ਨ ਲੜੇ ਸੀਗੇ ਕਿ ਤੁਹਾਨੂੰ ਵੋਟਾਂ ਬਹੁਤ ਘੱਟ ਪਈਆਂ ਸੀ ਇਸ ਵਾਰ ਕਿਸ ਤਰ੍ਹਾਂ ਲੱਗ ਰਿਹਾ ਕਿ ਕਿੰਨੀਆਂ ਕੁ ਵੋਟਾਂ ਮਿਲ ਜਾਣਗੀਆਂ ਇਸ ਵਾਰ ਇਸ ਟਾਈਮ ਤੇ ਲੋਕਾਂ ਦਾ ਪਿਆਰ ਦੇਖੋ ਜਿਹੜੇ ਮੈਂ ਸੱਚ ਦਾ ਹੁੱਕਾ ਦਿੱਤਾ ਜੀ ਜਿਹੜਾ ਬੰਦਾ ਸੱਚਾ ਮੈਨੂੰ ਵੋਟ ਉਹ ਪਾਵੇ ਜਿਹਦੀ ਮੁੱਛਾਂ ਦਾੜੀਆਂ ਬੰਦੇ ਦੀ ਜਿਹੜਾ ਬੰਦਾ ਸੱਚੀ ਦਿਲ ਤੋਂ ਇੱਕ ਜ਼ਮੀਰ ਵਿੱਚ ਨਾ ਬੋਤਲ ਪਿੱਛੇ ਜਾਂ 500 ਪਿੱਛੇ ਜਾਂ ਰਾਸ਼ਨ ਪਿੱਛੇ ਆਪਣੀ ਵੋਟ ਵੇਚ ਦੇਣੀ ਇਹ ਤਾਂ ਆਪਣੇ ਆਪ ਨਾਲ ਗੱਦਾਰੀ ਜਦੋਂ ਅਸੀਂ MLA ਕੋਲ ਮੋਹਰ ਲਵਾਉਣ ਜਾਣੀ ਹੈ ਫਿਰ ਉਹਨੇ ਆਪਣੇ ਤਰੀਕੇ ਨਾਲ ਮੋਹਰ ਲਾਉਣੀ ਹੈ ਜੀ ਆਪਣੇ ਹਿਸਾਬ ਨਾਲ ਮੋਹਰ ਲਾਉਣੀ ਉਹਨੇ ਅਤੇ ਜੇ ਤੁਸੀਂ ਇਹ ਚੀਜ਼ਾਂ ਨਹੀਂ ਲਉਂਗੇ ਸਾਰੀ ਜ਼ਿੰਦਗੀ ਅਸੀਂ ਆਪਣਾ ਕੀਤਾ ਆਪਣੇ ਬੱਚੇ ਪਾਲੇ ਇਹਨਾਂ ਹੱਥਾਂ ਨਾਲ ਅਤੇ ਹੁਣ ਅਸੀਂ ਇੱਕ ਬੋਤਲ ਦੇ ਪਿੱਛੇ ਆਪਾਂ ਲੋਕਾਂ ਦੇ ਅੱਗੇ ਹੱਥ ਕਰਾ ਕੇ ਆਪਣੀ ਵੋਟ ਵੇਚਣ ਡਿਆ ਅਤੇ ਸਾਡਾ ਕੋਈ ਮੋਡੀਫਾਈ ਨਹੀਂ ਬਣਦਾ ਜੀ ਬਾਕੀ ਇਹ ਹੈ ਕਿ ਲੋਕ ਜ਼ਿਆਦਾ ਸਮਝਦਾਰ ਹੈ ਮੈਂ ਸੱਚ ਦੀ ਵੋਟ ਮੰਗੂਗਾ ਜਿਹੜਾ ਸੱਚ ਦੇ ਨਾਲ ਖੜਾ ਮੈਨੂੰ ਵੋਟ ਪਾ ਦੇਵੇ ਅਤੇ ਜਿਹੜਾ ਝੂਠ ਦੇ ਸਿਰ 'ਤੇ ਖੜਾ ਉਹ ਮੈਨੂੰ ਵੋਟ ਨਾ ਪਾਵੇ ਜੀ ਮੇਰੀ ਪਾਰਟੀ ਨੂੰ ਲੋੜ ਹੀ ਨਹੀਂ ਵੋਟ ਪਾਉਣ ਦੀ ਅਤੇ ਸਾਡੇ ਨਾਲ ਉਹਨਾਂ ਦੀ ਵਾਈਫ ਵੀ ਮੌਜੂਦ ਨੇ ਜਿਹਨਾਂ ਜੋ ਕਿ ਉਹ ਵੀ ਇਲੈਕਸ਼ਨ ਲੜਨ ਜਾ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮੈਡਮ ਜਿਸ ਤਰ੍ਹਾਂ ਨੀਟੂ ਸ਼ਟਰਾ ਵਾਲਾ ਕਾਫੀ ਮਸ਼ਹੂਰ ਹੋਏ ਸੀ ਇਲੈਕਸ਼ਨ ਲੜ ਕੇ ਉਹਨਾਂ ਦੇ ਮਸ਼ਹੂਰ ਹੋਣ ਕਰਕੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਜਾਂ ਫਿਰ ਉਹਨਾਂ ਨੇ ਤੁਹਾਨੂੰ ਕਿਹਾ ਸੀ ਜਾਂ ਤੁਸੀਂ ਆਪਣੇ ਵੱਲੋਂ ਕਿਹਾ ਕਿ ਮੈਂ ਇਲੈਕਸ਼ਨ ਲੜਨੇ ਨਹੀਂ ਉਹਨਾਂ ਨੇ ਮੈਨੂੰ ਕਿਹਾ ਮੈਂ ਆਪਣੇ ਕੋਲੋਂ ਹੀ ਲੜ ਰਹੀ ਹਾਂ ਇਲੈਕਸ਼ਨ ਅਤੇ ਮੈਨੂੰ ਬੜਾ ਸ਼ੌਂਕ ਹੈ ਚਲੋ ਪਹਿਲੀ ਵਾਰ ਖੜ ਰਹੇ ਹਾਂ ਸਾਨੂੰ ਇਸ ਗੱਲ ਦਾ ਬੜਾ ਖੁਸ਼ ਹੋ ਰਹੇ ਹਾਂ ਆਪਾਂ ਅਤੇ ਚਲੋ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹਾਂ ਆਪਾਂ ਅਤੇ ਇਸ ਪਾਰਟੀ ਦਾ ਨਾਮ ਮੁੱਲਪੁਰਾ ਬੇਗਮਪੁਰਾ ਸਾਂਝਾ ਪਾਰਟੀ ਕਿਹੜੇ ਹਲਕੇ ਤੋਂ ਇਲੈਕਸ਼ਨ ਲੜਨ ਜਾ ਰਹੇ ਹੋ ਅਤੇ ਬੇਗਮਪੁਰੇ ਤੋਂ ਕਹਿ ਬੇਗਮਪੁਰੇ ਸਾਂਝੇ ਤੋਂ ਲੜ ਰਹੇ ਹਾਂ ਅਤੇ ਪਹਿਲੀ ਵਾਰ ਲੜ ਰਹੇ ਹਾਂ ਸਾਨੂੰ ਇਸ ਗੱਲ ਦਾ ਹਾਲੇ ਨਹੀਂ ਇੰਨਾ ਪਤਾ ਜਲੰਧਰ ਐਂਡ ਵੈਸਟ ਅਤੇ ਇੱਥੋਂ ਆਪਾਂ ਲੜ ਰਹੇ ਹਾਂ ਅਤੇ ਹਾਲੇ ਪਹਿਲੀ ਵਾਰ ਪਾਰਟੀ 'ਚ ਖੜ੍ਹੇ ਹਾਂ ਹਾਲੇ ਕੁਛ ਦੇਖੋ ਅੱਗੋਂ ਕਿ ਲੋਕਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਲੋਕਾਂ ਦਾ ਸਮਰਥਨ ਹੁਣ ਖੜ੍ਹੇ ਹਾਂ ਪਹਿਲੀ ਵਾਰ ਲੋਕਾਂ ਦਾ ਸਮਰਥਨ ਪਿਆਰ ਨਾਲ ਚੱਲਾਂਗੇ ਸਾਰਾ ਕੁਛ ਪਿਆਰ ਨਾਲ ਹੀ ਹੋਊਗਾ ਅਤੇ ਪਿਆਰ ਨਾਲ ਪਾਰਟੀ ਆਪਾਂ ਅੱਗੇ ਵਧਾਵਾਂਗੇ ਜੇ ਵਧੇਗੀ ਦੇਖੋ ਅੱਗੋਂ ਕੀ ਹੁੰਦਾ ਹਾਂਜੀ ਅਤੇ ਇਹ ਸੀ ਸਾਡੇ ਨਾਲ ਨੀਟੂ ਸ਼ਟਰਾ ਵਾਲਾ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਦੀ ਵਾਈਫ ਨਾਲ ਵੀ ਗੱਲ ਕੀਤੀ ਜੋ ਕਿ ਅਨੰਦਪੁਰ ਸਾਹਿਬ ਤੋਂ ਜਿਹੜੇ ਨੀਟੂ ਸ਼ਟਰਾ ਵਾਲਾ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਨ ਜਾ ਰਹੇ ਨੇ ਅਤੇ ਉਹਨਾਂ ਦੀ ਵਾਈਫ ਜਲੰਧਰ ਵੈਸਟ ਤੋਂ ਇਲੈਕਸ਼ਨ ਲੜਨਗੇ ਹੁਣ ਦੇਖਣਾ ਇਹ ਹੋਵੇਗਾ ਕਿ 10 ਮਾਰਚ ਨੂੰ ਨਤੀਜੇ ਕੀ ਕਹਿੰਦੇ ਨੇ ਇਹਨਾਂ ਵੱਲੋਂ ਹਲੇ ਨਾਮਜ਼ਦਗੀਆਂ ਭਰਨੀਆਂ ਨੇ ਅਤੇ ਫਾਈਨਲ ਹੋਏਗਾ ਕਿ ਇਹ ਇਲੈਕਸ਼ਨ ਕਿਸ ਹਲਕੇ ਤੋਂ ਲੜਨਗੇ ਕੈਮਰਾ ਪਰਸਨ ਵਿਜੇ ਤਨਾਲ ਅੰਚਲ ਚੱਡਾ ਪੰਜਾਬੀ।